ਕਿਤਾਬਾਂ ਦਾ ਬੇਟਾ ਲੈ ਕੇ ਐਲਕੇ ਜੀ ਤੋਂ ਕਿਸੇ ਵੀ ਕਲਾਸ ਤੱਕ ਦੀਆਂ ਕੋਈ ਕਿਤਾਬਾਂ ਸਾਡੇ ਕੋਲ ਰੱਖ ਜੋ ਤੇ ਜਿਹਨੂੰ ਲੋੜ ਹੈ ਫ੍ਰੀ ਲੈ ਜੋ ਬਾਈ ਬਿੱਟੂ ਵੀਰ ਕਲਾਣਾ ਜੁੜੇ ਹੋਏ ਆ ਬਾਈ ਉਦੋਂ ਇਹਨਾਂ ਨੂੰ ਮੈਂ ਕੱਲੇ ਕੱਲੇ ਨੂੰ ਖੜਾ ਖੜਾ ਕੇ ਉਹਨਾਂ ਦੇ ਪੈਰਾਂ 'ਚ ਜੁੱਤੇ ਪਾਉਂਦੇ ਦੇਖਿਆ ਜਿੱਦਾਂ ਇਹ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਜੀ ਸਤਿ ਸ੍ਰੀ ਅਕਾਲ ਮੈਂ ਕੇਵਲ ਹਰੀਗੜ ਬਾਈ ਜੀ ਬਹੁਤ ਜ਼ਿਆਦਾ ਵੱਖਰੀ ਵੀਡੀਓ ਲੈ ਕੇ ਆਇਆ ਜੀ ਤੁਹਾਡੇ ਲਈ ਜਨਮ ਦਿਨ ਸੰਬੰਧਿਤ ਵੀਡੀਓ ਆਪਾਂ ਕੀ ਅਕਸਰ ਦੇਖਦੇ ਆ ਜਨਮ ਦਿਨ ਤੇ ਲੋਕ ਕੇਕ ਕੱਟਦੇ ਨੇ ਜਾਂ ਕੋਈ ਹੋਰ ਤਰ੍ਹਾਂ ਦੇ ਕੰਮ ਕਰਦੇ ਨੇ ਕੇਕ ਕਈ ਕੱਟਦੇ ਵੀ ਨੇ ਕਈ ਖਾਂਦੇ ਨੇ ਕਈ ਖਰਾਬ ਕਰਦੇ ਨੇ ਉਹ ਚੀਜ਼ਾਂ ਨੂੰ ਛੱਡ ਕੇ ਅੱਜ ਇੱਕ ਵੱਖਰੀ ਸੋਚ ਵਾਲੇ ਇਨਸਾਨ ਨਾਲ ਬੁਲਾਉਣੇ ਤੁਹਾਨੂੰ ਜਿਹਦਾ ਨਾਮ ਆ ਬਿੱਟੂ ਵੀਰ ਕਲਾਂ ਜ਼ਿਲ੍ਹਾ ਸੰਗਰੂਰ ਚ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਜੀ ਜਨਮ ਦਿਨ ਅੱਜ ਕਿਹਮਾ ਜਨਮ ਦਿਨ ਹੈ ਜੀ ਮੇਰਾ 8ਵਾਂ ਜਨਮ ਹਾਂਜੀ ਇਹ ਤੁਹਾਡੇ ਮਨ ਚ ਕਦੋਂ ਤੋਂ ਆਇਆ ਵੀ ਆਪਾਂ ਇਹ ਜਨਮ ਦਿਨ ਤੇ ਖੂਨਦਾਨ ਕੈਂਪ ਲਾਉਣਾ ਜੀ ਇਹ ਲੱਗੇ ਤਾਂ ਸੀ 8-10 ਸਾਲ ਤੋਂ ਹੋਇਆ ਛੋਟੇ ਵੀਰ ਹਾਂਜੀ ਮੇਰੇ ਮਨ ਚ ਇਹ ਹੈ ਵੀ ਮੈਂ ਲੋਕਾਂ ਚ ਕਿਵੇਂ ਪਹੁੰਚਾਵਾਂ ਇਹ ਗੱਲ ਲੋਕਾਂ ਚ ਪਹੁੰਚਾਉਣ ਵਾਸਤੇ ਤਾਂ ਕਿ ਜਨ ਜਨ ਨਾਲ ਇੱਕ ਇੱਕ ਬੰਦੇ ਨਾਲ ਜੁੜ ਸਕੇ ਉਹਨੂੰ ਇਸ ਕਰਕੇ ਦੱਸਿਆ ਵੀ ਤੁਸੀਂ ਆਪਣੇ ਜਨਮ ਦਿਨ ਤੇ ਇਕੱਲੇ ਜਾ ਕੇ ਚਾਹੇ ਖੂਨਦਾਨ ਕਰਿਓ ਖੂਨਦਾਨ ਕਰਕੇ ਠੀਕ ਹੈ ਜੀ ਤੁਹਾਡਾ ਮਤਲਬ ਇਹ ਹੈ ਵੀ ਵੀਡੀਓ ਬਣਾਉਣ ਦਾ ਮਤਲਬ ਇਹ ਨਹੀਂ ਹੈਗਾ ਵੀ ਮੰਨ ਕੇ ਜਿਵੇਂ ਮੈਂ ਆਪਦੀ ਪ੍ਰਸ਼ੰਸਾ ਕਰਾਂਵਾਂ ਮਤਲਬ ਕਿ ਲੋਕਾਂ ਨੂੰ ਦੱਸਣਾ ਵੀ ਜਨਮ ਦਿਨ ਤੁਸੀਂ ਕਿਸ ਤਰੀਕੇ ਨਾਲ ਮਨਾ ਸਕਦੇ ਹੋ ਮੈਂ ਤੁਹਾਡੇ ਬਾਰੇ ਪਹਿਲਾਂ ਵੀ ਸੁਣਿਆ ਜੀ ਤੁਸੀਂ ਇਹ ਤੋਂ ਇਲਾਵਾ ਵੀ ਹੋਰ ਵੀ ਸਮਾਜ ਸੇਵੀ ਕੰਮ ਕਰ ਰਹੇ ਹੋ ਛੋਟੇ ਵੀਰ ਵੈਸੇ ਤਾਂ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਮੈਨੂੰ ਮੇਰੇ ਭਗਵਾਨ ਨੇ ਮੇਰੀ ਇਧਰ ਕਿਰਪਾ ਲਾਈ ਹੋਈ ਹੈ ਡਿਊਟੀ ਅਸੀਂ ਕੱਪੜਿਆਂ ਦਾ ਲੰਗਰ ਚਲਾ ਰਹੇ ਹਾਂ ਫ੍ਰੀ ਕੋਈ ਜਦੋਂ ਮਰਜ਼ੀ ਦੇ ਜਾਓ ਜਦੋਂ ਮਰਜ਼ੀ ਲੈ ਜਾਓ ਹੁਣ ਉੱਥੇ ਅਸੀਂ ਨਾਲ ਜੁੱਤਿਆਂ ਦਾ ਕੈਨੇਡਾ ਵਾਲਿਆਂ ਦੇ ਸਾਡੇ ਨਾਲ ਸਹਿਯੋਗੀ ਨੇ ਉਹਨਾਂ ਦੇ ਸਹਿਯੋਗ ਨਾਲ ਜੁੱਤੇ ਜਿਹਦੇ ਦੇਖਦੇ ਹਾਂ ਉਸੇ ਦੇ ਪਾ ਦਿੰਦੇ ਹਾਂ ਲੋੜਵੰਦ ਜਿਹੜੇ ਦੇਖਦੇ ਹਾਂ ਪਾ ਦਿੰਦੇ ਹਾਂ ਹੁਣ ਅਸੀਂ ਸਕੂਲਾਂ 'ਚ ਆਇਆ ਕਰਾਂਗੇ ਉੱਥੇ ਉਹਨਾਂ ਦੇ ਪ੍ਰੇਅਰ 'ਤੇ ਜਿਹੜੇ ਬੱਚੇ ਦੇਖ ਲਿਆ ਕਰਾਂਗੇ ਵੀ 10 ਜਾਂ 20 ਜਿੰਨਾ ਕੋਈ ਨਹੀਂ ਨੰਗੇ ਪੈਰੀਆਂ ਚੱਪਲਾਂ ਨੇ ਉਹਨਾਂ ਜੁੱਤੇ ਪਾ ਦਿਆ ਕਰਾਂਗੇ ਅਤੇ ਉਸ ਤੋਂ ਬਾਅਦ ਹੁਣ ਅਸੀਂ ਸਿਲਾਈ ਸੈਂਟਰ ਚਲਾਉਣ ਲੱਗੇ ਹਾਂ ਉੱਥੇ ਸਿਲਾਈ ਮਸ਼ੀਨਾਂ ਰੱਖਾਂਗੇ ਜਿਹਨੂੰ ਵੀ ਕਿਸੇ ਦੇ ਕੋਈ ਕੱਪੜਾ ਵੱਡਾ ਜਾਂ ਛੋਟਾ ਹੈ ਅਸੀਂ ਉਸੇ ਟਾਈਮ ਉਹਦਾ ਨਾਪ ਕਰਕੇ ਪਾ ਦਿਆ ਕਰਾਂਗੇ ਠੀਕ ਹੈ ਅਸੀਂ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਤੁਸੀਂ ਮੈਨੂੰ ਪੁੱਛ ਲਿਆ ਅਸੀਂ 10,000 ਘੱਟੋ ਘੱਟ ਇਹਤੋਂ ਪਹਿਲਾਂ ਲੈਣ ਜੱਖਾਂ 'ਚ ਪਵਾ ਚੁੱਕੇ ਹਾਂ ਮੈਂ ਅਮਨ ਅਰੋੜਾ ਜੀ ਨਾਲ ਮੇਰਾ ਸਿਆਸੀ ਸੰਬੰਧ ਕੋਈ ਨਹੀਂ ਕੈਬਨਿਟ ਮੰਤਰੀ ਨੇ ਮੇਰਾ ਸਿਆਸੀ ਸੰਬੰਧ ਉਹਨਾਂ ਨਾਲ ਕੋਈ ਨਹੀਂ ਮੈਂ ਮੈਂਬਰ ਵੀ ਨਹੀਂ ਆਪਦਾ ਪਰ ਮੈਂ ਉਹਨਾਂ ਦੇ ਸੇਵਾ ਸੈਂਟਰ ਦਾ ਇੰਚਾਰਜ ਹਾਂ ਅਸੀਂ 10,000 ਪੈਨਸ਼ਨ ਲਵਾ ਚੁੱਕੇ ਹਾਂ ਹੁਣ ਤੱਕ ਲੋੜਵੰਦਾਂ ਦੀ ਹੋਰ ਵੀ ਦੰਦਾਂ ਦੇ ਡੈਂਟਲ ਮੈਡੀਕਲ ਕੈਂਪ ਲਾ ਚੁੱਕੇ ਹਾਂ 11 ਅਸੀਂ ਆਏ ਵਾਰੀ ਲੜਕੀਆਂ ਦੇ ਵਿਆਹ ਕਰਦੇ ਹਾਂ ਹੁਣ ਕਿਤਾਬਾਂ ਦਾ ਲੰਗਰ ਲਾਉਣ ਲੱਗਿਆ ਸੁਨਾਮ 'ਚ ਕਿਤਾਬਾਂ ਦਾ ਕਿਵੇਂ ਜੀ ਉਹ ਚੀਜ਼ ਕਿਤਾਬਾਂ ਦਾ ਬੇਟਾ ਲੈ ਕੇ ਐਲਕੇ ਜੀ ਤੋਂ ਕਿਸੇ ਵੀ ਕਲਾਸ ਤੱਕ ਦੀਆਂ ਕੋਈ ਕਿਤਾਬਾਂ ਸਾਡੇ ਕੋਲ ਰੱਖ ਜਾਓ ਅਤੇ ਜਿਹਨੂੰ ਲੋੜ ਹੈ ਫ੍ਰੀ ਲੈ ਜਾਓ ਠੀਕ ਹੈ ਇਸ ਤਰ੍ਹਾਂ ਦਾ ਮਤਲਬ ਅਸੀਂ ਉਪਰਾਲਾ ਕਰ ਰਹੇ ਹਾਂ ਬਹੁਤ ਛੇਤੀ ਤੁਹਾਨੂੰ ਦੇਖਣ ਨੂੰ ਸਾਡੇ ਉੱਥੇ ਮਿਲੂਗਾ ਸਾਰੇ ਹੀ ਉਪਰਾਲੇ ਜੀ ਲੋੜਵੰਦਾਂ ਖਾਤਰ ਨਾ ਜੀ ਮੈਂ ਆਪਾਂ ਕਹਿ ਦਿੰਦਾ ਇੱਕ ਵੱਖਰੀ ਸੋਚ ਆ ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਮੈਂ ਦੁਬਾਰਾ ਦੱਸ ਰਿਹਾ ਵੀ ਇੱਕ ਵੱਖਰੀ ਸੋਚ ਵਾਲੇ ਨੂੰ ਆਪਾਂ ਅੱਗੇ ਲਿਆਈਏ ਨਾ ਕਿ ਵੀਡੀਓ ਬਣਾਉਣ ਦਾ ਇਹ ਮਕਸਦ ਨਹੀਂ ਵੀ ਆਪਾਂ ਉਹਦੀ ਪ੍ਰਸ਼ੰਸਾ ਕਰਾ ਦਈਏ ਲੋਕ ਇੱਥੇ ਵੀ ਆਪਾਂ ਬਹੁਤ ਲੋਕ ਕਹਿੰਦੇ ਨੇ ਜੀ ਇੱਕ ਤਰ੍ਹਾਂ ਦਾ ਵੀ ਪ੍ਰਸ਼ੰਸਾ ਖਾਤਰ ਵੀਡੀਓ ਪਾਤੀ ਆਪਾਂ ਇਹ ਦੇਖਦੇ ਵੀ ਤੁਹਾਡੀ ਸੋਚ ਤੋਂ ਲੋਕ ਸਿੱਖਣ ਅਤੇ ਕਹਿਣ ਵੀ ਇਸ ਤਰ੍ਹਾਂ ਜਨਮਦਿਨ ਮਨਾਏ ਜਾਂਦੇ ਨੇ ਜਾਂ ਇਸ ਤਰ੍ਹਾਂ ਕੰਮ ਕੀਤੇ ਜਾਂਦੇ ਨੇ ਹਾਂ ਛੋਟੇ ਵੀਰ ਜੀ ਪ੍ਰਚਾਰ ਤਾਂ ਇਹ ਗੱਲ ਹੈ ਵੀ ਅਸੀਂ ਤਾਂ ਨਾ ਸਾਡੀ ਤੁਸੀਂ ਕਦੇ ਕਿਸੇ ਵਟਸਐਪ 'ਤੇ ਵੀਡੀਓ ਦੇਖੋਗੇ ਹੁਣ ਮੈਂ ਨਹੀਂ ਚਾਹੁੰਦਾ ਵੀ ਮੈਂ ਇਕੱਲਾ ਸੁਨਾਮ ਹੀ ਚੱਲੇ ਇਹ ਕੰਮ ਮੈਂ ਦੀਵੇ ਲਾਉਣੇ ਚਾਹੁੰਦਾ ਥਾਂ ਥਾਂ ਮੈਂ ਚਾਹੁੰਦਾ ਵੀ ਇਹੀ ਪ੍ਰੋਗਰਾਮ ਸੇਮ ਲੌਂਗੋਵਾਲ ਚੱਲਣ ਚੀਮੇ ਚੱਲਣ ਭੀਖੀ ਚੱਲਣ ਸੰਗਰੂਰ ਚੱਲਣ ਜਗ੍ਹਾ ਜਗ੍ਹਾ ਚੱਲਣ ਉੱਥੋਂ ਦੀਆਂ ਸੰਸਥਾਵਾਂ ਆਪੇ ਸਾਹਮਣ ਚਲਾਵਾਂਗੇ ਅਸੀਂ ਕਦੇ ਫੰਡ ਨਹੀਂ ਮੰਗਿਆ ਸੀ ਨਾ ਮੰਗੀਏ ਫੰਡ ਅਤੇ ਮੇਰੀ ਇਸ ਤਰ੍ਹਾਂ ਦੀ ਸੋਚ ਹੈ ਇਸ ਤਰ੍ਹਾਂ ਜੀ ਹੋਰ ਸਾਥ ਕੌਣ ਕੌਣ ਦੇ ਰਹੇ ਨੇ ਇਸ ਕੰਮ 'ਚ ਸਾਥ ਮੇਰੇ ਨਾਲ ਤਾਂ ਘੱਟੋ ਘੱਟ 1,000 ਬੰਦਾ ਹੈ 100 ਪਿੰਡਾਂ ਦੇ ਲੋਕ ਮੁੰਡੇ ਲੱਗੇ ਹੋਏ ਨੇ ਪਰ ਸਾਡਾ ਗਰੁੱਪ ਕੋਈ ਨਹੀਂ ਸਾਡੀ ਸੰਸਥਾ ਕੋਈ ਨਹੀਂ ਹੈਗੀ ਸਮਾਜ ਸੇਵੀ ਘੱਟੋ ਘੱਟ 100 ਪਿੰਡਾਂ 'ਚੋਂ ਸਾਡੇ ਨਾਲ ਜੁੜੇ ਹੋਏ ਅੱਜ 61ਵਾਂ ਜਹਾ ਖੂਨਦਾਨ ਕੈਂਪ ਆ ਜੀ ਇਹ ਇੱਥੇ ਸੰਗਰੂਰ 'ਚ ਕੀ ਹਸਪਤਾਲ ਦਾ ਨਾਮ ਇਹਦਾ ਜੀ ਇਹ ਮਿੱਤਲ ਬਲੱਡ ਬੈਂਕ ਤੋਂ ਪਹਿਲਾਂ ਨਾ ਜੀ ਆਪਾਂ ਜਾਣੀ ਉਹ ਕਿੱਥੇ ਹੋਇਆ ਸੀ ਜੀ ਖੂਨਦਾਨ ਕੈਂਪ ਸੁਨਾਮ ਮਸਤਵਾਣਾ ਸਾਹਿਬ ਕੀਤਾ ਸੀ ਪਿਛਲੇ ਸਾਲ ਅਸੀਂ ਥਾਂ ਅਲੱਗ ਅਲੱਗ ਕਿਉਂਕਿ ਮੇਰੀ ਇੱਛਾ ਜਾਗਰਤ ਕਰਨਾ ਨਾ ਕਿ ਜਨਮ ਦਿਨ ਮਨਾਉਣਾ ਮਸਤਵਾਣੇ ਲਾਇਆ ਸੀ ਸੁਨਾਮ ਲਾਇਆ ਸੀ ਉਸ ਤੋਂ ਪਿਛਲੇ ਸਾਲ ਅਗਲੀ ਵਾਰੀ ਮੇਰੀ ਸਾਹਿਬ ਚੀਮੇ ਜਾਂ ਕਿਤੇ ਹੋਰ ਲਾਵਾਂਗੇ ਮੇਰੀ ਪਿੰਡ ਪਿੰਡ ਮੇਰੇ ਦਿਲ ਦੀ ਇੱਛਾ ਜੇ ਪਰਮਾਤਮਾ ਨੇ ਮੈਨੂੰ ਸਵਾਸ ਬਖਸ਼ੇ ਮੈਂ ਚਾਹੁੰਦਾ ਵੀ ਹਰ ਰੋਜ਼ ਹੀ ਮੇਰੇ ਕਿਸੇ ਬੱਚੇ ਦਾ ਜਨਮ ਦਿਨ ਹੋਵੇ ਨਾਲ ਦੇ ਦੋਸਤ ਦਾ ਅਤੇ ਹਰ ਰੋਜ਼ ਖੂਨਦਾਨ ਕਰੇ ਠੀਕ ਹੈ ਜੀ ਅਤੇ ਨਾਲ ਆਪਣੇ ਪਹੁੰਚਣੇ ਸਤਿਕਾਰਯੋਗ ਜੀ ਇਹਨਾਂ ਨੂੰ ਵੀ ਪਤਾ ਕਰਦੇ ਹਾਂ ਤੁਹਾਨੂੰ ਕਿਵੇਂ ਲੱਗਿਆ ਜੀ ਕੰਮ ਇਹਦੇ ਬਹੁਤ ਵਧੀਆ ਲੱਗਿਆ ਜੀ ਹਾਂਜੀ ਹਾਂਜੀ ਇਹ ਕੰਮ ਬਹੁਤ ਵਧੀਆ ਹੈ ਜਿਹੜਾ ਆਪਾਂ ਉਵੇਂ ਖਰਾਬ ਕਰਦੇ ਨਾ ਜਨਮ ਦਿਨ 'ਤੇ ਕੋਈ ਖਾਣਾ ਬਣਾ ਲਓ ਫਲਾਣਾ ਬਣਾ ਲਓ ਉਹਦਾ ਕੋਈ ਫਾਇਦਾ ਨਹੀਂ ਕੇਕ ਰੋਲ 'ਤੇ ਆਹ ਰੋਲ 'ਤੇ ਜਿਹੜੀਆਂ ਆਹ ਚੀਜ਼ਾਂ ਨੇ ਇਹ ਬਹੁਤ ਵਧੀਆ ਨੇ ਜਿਹੜੀਆਂ ਕੱਪੜੇ ਵੰਡਦੇ ਨੇ ਗਰੀਬਾਂ ਨੂੰ ਜੁੱਤੇ ਪਾਉਂਦੇ ਨੇ ਸਕੂਲਾਂ ਜਾਂਦੇ ਨੇ ਇਹ ਬਹੁਤ ਵਧੀਆ ਹਰ ਇੱਕ ਕੰਮ ਲੋੜਵੰਦ ਦਾ ਜਿੱਦਾਂ ਇਹ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਅਤੇ ਪਹਿਲਾਂ ਵੀ ਇੱਥੋਂ ਸੰਗਤ ਖੂਨਦਾਨ ਕਢਵਾ ਕੇ ਗਏ ਇੱਕ ਖੂਨਦਾਨ ਕੈਂਪ ਵਾਲੇ ਜਿਹੜਾ ਕਢਵਾਇਆ ਮੁੰਡੇ ਉਹਦੇ ਨਾਲ ਗੱਲ ਕੀ ਖਿਆਲ ਨੇ ਵੀਰੇ ਵਧੀਆ ਬਾਈ ਕਿਹੜਾ ਪਿੰਡ ਆ ਜੀ ਲੋਹਾ ਖੜਾ ਬਾਈ ਅਤੇ ਅੱਜ ਕਿਹਦੇ ਕਹਿਣ 'ਤੇ ਉਰੇ ਆਏ ਹੋ ਬਾਈ ਬਿੱਟੂ ਵੀਰ ਕਲਾਣਾ ਜੁੜੇ ਹੋਏ ਹਾਂ ਬਾਈ
ਸਸਿਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਾਸਟਰ ਆਮ ਸਰੂਪ ਟੈਪੀ ਜੀ ਠੀਕ ਹੈ ਟੈਪੀ ਪਿੰਡ ਜਿਹੜਾ ਹਾਂਜੀ ਤੇ ਆਪਾਂ ਜੀ ਗੱਲ ਦੇਖਦੇ ਤੁਸੀਂ ਆਪਣੀ ਜ਼ਿੰਦਗੀ 'ਚ ਇੰਨੇ ਜਨਮ ਬੰਧਨ ਦੇਖੇ ਹੋਣਗੇ ਨਾ ਜੀ ਕੋਈ ਕਿਸ ਤਰ੍ਹਾਂ ਮਨਾਉਂਦਾ ਹਾਲਾਂਕਿ ਲੋਕ ਪੜ੍ਹੇ ਲਿਖੇ ਬਹੁਤ ਨੇ ਵੀ ਆਪਾਂ ਚੰਡੀਗੜ੍ਹ ਵਗੈਰਾ ਵੱਡੇ ਸ਼ਹਿਰਾਂ 'ਚ ਦੇਖਦੇ ਉੱਥੇ ਕੇਕ ਭਾਂਡਦੇ ਨੇ ਉੱਪਰ ਸਿੱਟਦੇ ਨੇ ਸਹੀ ਗੱਲ ਪਰ ਆਹ ਚੀਜ਼ ਮੈਂ ਪਹਿਲੀ ਵਾਰ ਦੇਖੀ ਆ ਵੀ ਕਿਵੇਂ ਲੱਗੇ ਇਹਦੇ ਸੋਚ 'ਤੇ ਜੀ ਅਸਲ ਦੇ ਵਿੱਚ ਇਹ ਹੈ ਨਾ ਜੀ ਸਾਡਾ ਸਮਾਜ ਹੈ ਜਿਹੜਾ ਡਰਾਮੇਬਾਜ਼ੀਆਂ 'ਚ ਵੱਧ ਪੈ ਗਿਆ ਦਿਖਾ ਦਿਆਂ 'ਚ ਉਹੀ ਗੱਲ ਹੈ ਚਾਹੇ ਬੱਚਾ ਚਾਹੇ ਬੁੜਾ ਮਰਨ ਵਾਲਾ ਉਹਦੇ ਕੇਕ ਲਿਆ ਕੇ ਕੱਟਣੇ ਡਰਾਮੇਬਾਜ਼ੀਆਂ ਕਰਨੀਆਂ ਉਹ ਸ਼ੋਸ਼ੇਬਾਜ਼ੀ ਵਾਲੀ ਹੋ ਗਈ ਬਿਲਕੁਲ ਲੇਕਿਨ ਇਹ ਇੱਕ ਨਵੀਂ ਕਿਸਮ ਦੀ ਪਿਰਤ ਹੈ ਜੋ ਮੇਰੇ ਵੱਡੇ ਵੀਰ ਗੁਰਿੰਦਰਪਾਲ ਸਿੰਘ ਬਿੱਟੂ ਵੀਰ ਵਾਲੇ ਨੇ ਪਾਈ ਹੈ ਇਦੋਂ ਵਧੀਆ ਸਮਾਜ ਦਾ ਕੋਈ ਕਲਿਆਣ ਨਹੀਂ ਹੋ ਸਕਦਾ ਇੱਕ ਕਿਸੇ ਬੰਦੇ ਦੀ ਜ਼ਿੰਦਗੀ ਨਾਲ ਸੰਬੰਧਿਤ ਕੰਮ ਆ ਜੀ ਕਿਉਂਕਿ ਨਿੱਜੀ ਕਰਜ਼ਾ ਲਈ ਨਿੱਜੀ ਹਿੱਤਾਂ ਲਈ ਜੋ ਵੀ ਬੰਦਾ ਕੰਮ ਕਰਦਾ ਨਾ ਪਹਿਲਾਂ ਉਹ 'ਚੋਂ ਇਹ ਭਾਲਦਾ ਵੀ ਮੈਂ 'ਚੋਂ ਕੱਢਾਂ ਕੀ ਮੈਨੂੰ ਪ੍ਰਾਪਤ ਕੀ ਹੋਊ ਲਾਲਸਾ ਕੀ ਹੋ ਲੇਕਿਨ ਨਿਰਸਵਾਰਥ ਹੋ ਕੇ ਬਿੱਟੂ ਵੀਰ ਕਲਾਵਾਂਗੇ ਇਹੋ ਜਿਹੇ ਕੰਮ ਕਰਨੇ ਸਮਾਜ ਸੇਵਾ ਦੇ ਅਤੇ ਖੂਨਦਾਨ ਵਾਲੇ ਕੈਂਪ ਵੀ ਆਪਣੇ ਜਨਮ ਦਿਨ ਦੇ ਉੱਪਰ ਸਮਾਜ ਨੂੰ ਸਮਰਪਿਤ ਕਰਕੇ ਲਾਉਣੇ ਬਹੁਤ ਵੱਡੀ ਸੋਚ ਹੈ ਇਹ ਛੋਟੇ ਮੋਟੇ ਕੰਮ ਠੀਕ ਹੈ ਜੀ ਜਿਵੇਂ ਕਿ ਸਤਿਕਾਰਯੋਗ ਬਿੱਟੂ ਵੀਰ ਕਲਾਂ ਜੀ ਨੇ ਕਿਹਾ ਕਿ ਮੇਰਾ ਸਾਥ ਦੇਣ ਲਈ ਬਹੁਤ ਜ਼ਿਆਦਾ ਸਤਿਕਾਰਯੋਗ ਸੰਗੇਤਨ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਅਤੇ ਤੁਸੀਂ ਬਿੱਟੂ ਵੀਰ ਜੀ ਨਾਲ ਕਿੰਨੇ ਸਮੇਂ ਤੋਂ ਜੁੜੇ ਹੋ ਜੀ ਮੈਨੂੰ ਪਿਛਲੇ ਘੱਟੋ ਘੱਟ 6 ਸਾਲ ਹੋ ਗਏ ਬਾਈ ਜੀ ਨੂੰ ਇਹ ਕੰਮ ਕਰਦੇ ਦੇਖਦਿਆਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਬਾਈ ਜੀ ਹੋਰਾਂ ਤੋਂ ਇਹ ਸਾਰਾ ਕੁਛ ਵੈਸੇ ਤਾਂ ਮੈਂ ਆਮ ਆਦਮੀ ਪਾਰਟੀ ਦਾ ਸ਼ਹਿਰੀ ਪ੍ਰਧਾਨ ਸੀ ਸੁਨਾਮ ਤੋਂ ਪਰ ਬਿੱਟੂ ਜੀ ਨੂੰ ਜਦੋਂ ਮੈਂ ਮਿਲਿਆ ਜਿਹੜੀ ਸੋਚ ਬਿੱਟੂ ਜੀ ਦੇ ਵਿੱਚ ਹੈ ਕੰਮ ਕਰਨ ਦੀ ਸਪਿਰਟ ਹੈ ਮੈਂ ਕੱਲ੍ਹ ਬਾਜ਼ਾਰ 'ਚ ਬੈਠਾ ਇੱਕ ਕੁੜੀ ਮੈਨੂੰ ਕਹਿੰਦੀ ਵੀ ਤੁਸੀਂ ਅੰਕਲ ਜੀ ਨੂੰ ਜਾਣਦੇ ਹੋ ਮੈਂ ਬਹੁਤ ਚੰਗੀ ਤਰ੍ਹਾਂ ਕਹਿੰਦੀ ਇੰਨੀ ਸਪਿਰਟ ਹੈ ਇਹਨਾਂ 'ਚ ਕੰਮ ਕਰਨ ਦੀ ਜੇ ਇੱਕ ਫੋਨ ਕਰ ਦਿਉ ਤਾਂ ਉਸੇ ਟਾਈਮ ਹਾਜ਼ਰ ਹੁੰਦੇ ਨੇ ਕਿਉਂਕਿ ਇਹਨਾਂ ਦੇ ਕੰਮ ਕਰਦੇ ਇਕੱਲਾ ਖੂਨਦਾਨ ਕੰਪਨੀ ਜਿਵੇਂ ਅੱਜ ਇਹਨਾਂ ਦਾ 61ਵਾਂ ਬਰਥਡੇ ਜਨਮ ਦਿਨ ਸੀ ਇਕੱਲਾ ਇਹ ਆਪਦੇ ਜਨਮ ਦਿਨ 'ਤੇ ਕੰਮ ਨਹੀਂ ਕਰਦੇ ਇਹਨਾਂ ਨੇ ਜਿਵੇਂ ਦੇਖੋ ਸੁਣਾ ਪਹਿਲਾਂ ਇਹ ਅੱਖਾਂ ਦੇ ਆਪਰੇਸ਼ਨ ਵੀ ਕਰਾਉਂਦੇ ਨੇ ਕੱਪੜਿਆਂ ਦਾ ਲੰਗਰ ਵੀ ਚਲਾਇਆ ਹੈ ਇਹਨਾਂ ਨੇ ਤੁਸੀਂ ਦੇਖਿਓ ਹੀ ਹੋਣਾ ਹਾਂ ਅਤੇ ਹੁਣ ਇਹ ਛੇਤੀ ਉਹੀ ਇੱਕ ਸਿਲਾਈ ਸੈਂਟਰ ਖੋਲ੍ਹਣ ਜਾ ਰਹੇ ਨੇ 2-4 ਦਿਨਾਂ 'ਚ ਮਸ਼ੀਨਾਂ ਲੁਧਿਆਣੇ ਤੋਂ ਆ ਜਾਣੀਆਂ ਨੇ ਆਪਣੇ ਬਿਹਾਫ 'ਤੇ ਕਰਦੇ ਨੇ ਅਤੇ ਪੂਰਾ ਹਿੰਮਤ ਨਾਲ ਕਰਨੇ ਦੂਜਾ ਇਹਨਾਂ ਨੇ ਸਰਦੀ ਦੇ ਵਿੱਚ ਕੁੜੀਆਂ ਦੇ ਵਿਆਹ ਕਰਦੇ ਨੇ 15-16 ਕੁੜੀਆਂ ਦੇ ਇਸ ਸਾਲ ਵਿਆਹ ਕਰਦੇ ਨੇ ਅਤੇ ਹੁਣ ਇਹ ਕਿਤਾਬਾਂ ਦਾ ਲੰਗਰ ਚਲਾਉਣਾ ਚਾਹੁੰਦੇ ਨੇ ਜਿਹੜਾ ਵੀ ਹੁਣ ਦੇਖੋ ਕਿੱਡੀ ਵੱਡੀ ਗੱਲ ਹੁੰਦੀ ਹੈ ਬਾਜ਼ਾਰ ਦੇ ਵਿੱਚ ਮੈਂ ਇਹਨਾਂ ਨੂੰ ਆਪਦੇ ਹੱਥੀਂ ਰੇਹੜੀ ਦੇ ਉੱਤੇ ਰਿਕਸ਼ੇ ਦੇ ਉੱਤੇ ਬੂਟ ਰੱਖ ਕੇ ਇਕੱਲੇ ਇਕੱਲੇ ਜਿਹਦੇ ਬਾਜ਼ਾਰ ਦੇ ਵਿੱਚ ਜੇ ਕੋਈ ਬੱਚਾ ਮਿਲ ਜਾਂਦਾ ਸੀ ਅਤੇ ਕੋਈ ਬਜ਼ੁਰਗ ਮਿਲ ਜਾਂਦਾ ਸੀ ਜੇ ਕਿਸੇ ਦੇ ਚੱਪਲ ਪਾਏ ਹੁੰਦੇ ਸਰਦੀ ਦੇ ਵਿੱਚ ਤੁਸੀਂ ਆਪ ਹੀ ਸਮਝ ਸਕਦੇ ਹੋ ਉਦੋਂ ਇਹਨਾਂ ਨੂੰ ਮੈਂ ਇਕੱਲੇ ਇਕੱਲੇ ਨੂੰ ਖੜਾ ਖੜਾ ਕੇ ਉਹਨਾਂ ਦੇ ਪੈਰਾਂ 'ਤੇ ਜੁੱਤੇ ਪਾਉਂਦੇ ਦੇਖਿਆ ਤੁਸੀਂ ਐਂ ਦੇਖੋ ਰੋਜ਼ ਪਟਿਆਲੇ ਤੋਂ ਆਉਂਦੇ ਨੇ ਇਹ ਸੁਨਾਮ ਡੇਲੀ ਅਪ ਡਾਊਨ ਕਰਦੇ ਨੇ ਇਹਨਾਂ ਕੋਈ ਰਾਜਨੀਤਿਕ ਨਾਲ ਕੋਈ ਸੰਬੰਧ ਨਹੀਂ ਹੈਗਾ ਇਹਨਾਂ ਸਿਰਫ ਇੱਕ ਨਿਰਸਵਾਰਥ ਇੱਕ ਆਪਣੇ ਲੋਕਾਂ ਦੀ ਸੇਵਾ ਦੇ ਜਜ਼ਬਾ ਲੈ ਕੇ ਇਹ ਕੰਮ ਕਰਨ ਲੱਗੇ ਹੋਏ ਨੇ ਇਹ ਚਾਹੁੰਦੇ ਨੇ ਵੀ ਇਹ ਜੋਤ ਲੈ ਕੇ ਜਿਵੇਂ ਇਹਨਾਂ ਨੂੰ ਪੂਰੇ ਹਲਕੇ ਦੇ ਵਿੱਚ ਇਹਨਾਂ ਨੇ ਯੂਥ ਨੂੰ ਇਸ ਵੱਲ ਮੋੜਿਆ ਇਸ ਗੱਲਾਂ ਵੱਲ ਅਟਰੈਕਟ ਕੀਤਾ ਇਸ ਕਰਕੇ ਚਾਹੁੰਦੇ ਨੇ ਵੀ ਉਹ ਜਿਹੜਾ ਦੀਵਾ ਮੈਂ ਲਾਵਾਂ ਉਹ ਦੀਵਾ ਐਡਾ ਕੁ ਦਰਖਤ ਜਿਵੇਂ ਇੱਕ ਬੂਟਾ ਲਾਈਦਾ ਆਪਾਂ ਨੇ ਉਹਨੂੰ ਦਰਖਤ ਬਣਿਆ ਛਾਂ ਦਿੰਦਾ ਵੀ ਇਸ ਤਰ੍ਹਾਂ ਫੈਲੇ ਕਿ ਪੂਰੇ ਯੂਥ ਵੀ ਇਸ ਗੱਲ ਪਿੱਛੇ ਲੱਗੇ ਕਿ ਹਰ ਇੱਕ ਲੋੜਵੰਦ ਦੀ ਸਹਾਇਤਾ ਕਰ ਸਕੇ ਠੀਕ ਹੈ ਜੀ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਚੰਗੀ ਲੱਗੀ ਧੰਨਵਾਦ ਜੀ